ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀਆਂ ਵੱਖ ਵੱਖ ਯੂਨੀਅਨਾਂ ਅਤੇ ਪ੍ਰਾਈਵੇਟ ਯੂਨੀਅਨ ਦੇ ਆਗੂਆਂ ਵੱਲੋਂ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਨਾਲ ਬੈਠਕ ਕੀਤੀ ਗਈ। ਹਰਿਆਣਾ ਦੇ ਆਵਾਜਾਈ ਮੰਤਰੀ ਨੇ ਕਿਹਾ ਕਿ ਵੱਖ ਵੱਖ ਵਿਚਾਰ ਸੁਣਨ ਤੋਂ ਬਾਅਦ ਉਹਨਾਂ ਸਾਲ 2016 ਦੀ ਟਰਾਂਸਪੋਰਟ ਨੀਤੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਨਵੀਂ ਟਰਾਂਸਪੋਰਟ ਨੀਤੀ ਦਾ ਜਲਦ ਐਲਾਨ ਕੀਤਾ ਜਾਏਗਾ। माननीय मुख्यमंत्री स्तर पर मैं खुद और मेरे विभाग के अधिकारियों के साथ मीटिंग हुई, तो उस मीटिंग लेने के बाद तय हुआ था कि हम जो 2016-17 की जो पॉलिसी है हम उसको रद्द कर रहे हैं, और हम रद्द करके जो प्राइवेट ऑपरेटर हैं हमारे हरियाणा रोडवेज के प्रतिनिधि कर्मचारी हैं, हमने इनको आज दोनों को सुना है, इन दोनों की बात सुन के हम स्कीम को बनाएंगे और उसको हम लागू करेंगे।